ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਚੁੱਕੀ ਹੈ, ਡਿਸਚਾਰਜ ਹੋ ਚੁੱਕੇ ਨੇ ਅਤੇ ਉਹਨਾਂ ਦਾ ਕਾਫਲਾ ਹਸਪਤਾਲ ਤੋਂ ਰਵਾਨਾ ਹੋ ਚੁੱਕਿਆ। ਸੋ ਦੱਸ ਦਈਏ ਕਿ ਕੁਝ ਕੁ ਦਿਨ ਹਸਪਤਾਲ ਜਿਹੜੇ ਇਲਾਜ ਸਨ ਸੀਐਮ ਸਾਹਿਬ, ਸੋ ਬੀਤੇ ਦਿਨੀ ਸੰਦੀਪ ਪਾਠਕ ਵੀ ਉਹਨਾਂ ਦਾ ਹਾਲ ਚਾਲ ਜਾਣ ਕੇ ਗਏ ਸਨ, ਤਾਂ ਉੱਥੇ ਹੀ ਬੀਤੇ ਦਿਨੀ ਮੈਡੀਕਲ ਬੁਲੇਟਿਨ ਵੀ ਜਾਰੀ ਹੋਇਆ ਸੀ ਵਿਸ਼ੇਸ਼ ਤੌਰ 'ਤੇ। ਉਸ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਇਹ ਕਾਫਲਾ ਹਸਪਤਾਲ ਦੇ ਵਿੱਚੋਂ ਨਿਕਲ ਚੁੱਕਿਆ ਹੈ, ਕਿਉਂਕਿ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ, ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਨੇ। 4 ਦਿਨ ਤੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਿਆ, ਤਾਂ ਉਹ ਤੋਂ ਬਾਅਦ ਹੁਣ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ। ਸੋ ਮੋਹਾਲੀ ਦੇ ਹਸਪਤਾਲ ਦੇ ਵਿੱਚੋਂ ਡਿਸਚਾਰਜ ਹੋਏ ਨੇ ਸੀਐਮ ਸਾਹਿਬ, ਕਿਉਂਕਿ ਬੀਤੇ 1-2 ਦਿਨ ਪਹਿਲਾਂ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਦਾਖਲ ਸਨ ਉਹ ਹਸਪਤਾਲ। ਸੋ ਫੋਰਟਿਸ ਹਸਪਤਾਲ 'ਚੋਂ ਸੀਐਮ ਭਗਵੰਤ ਮਾਨ ਦਾ ਕਾਫਲਾ ਹੁਣ ਰਵਾਨਾ ਹੋ ਚੁੱਕਿਆ। 4 ਦਿਨ ਤੱਕ ਹਸਪਤਾਲ ਦੇ ਵਿੱਚ ਸੀਐਮ ਸਾਹਿਬ ਦਾ ਇਲਾਜ ਚੱਲਿਆ, ਤਾਂ ਮੋਹਾਲੀ ਦੇ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ। ਸੋ ਐਂਟੀਬਾਇਓਟਿਕ ਜਿਹੜੀਆਂ ਨੇ ਦਵਾਈਆਂ ਉਹ ਦਿੱਤੀਆਂ ਜਾ ਰਹੀਆਂ ਨੇ। ਵਿਸ਼ੇਸ਼ ਤੌਰ 'ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ 1-2 ਦਿਨ ਪਹਿਲਾਂ ਜਦੋਂ ਅਚਾਨਕ ਉਹਨਾਂ ਦੀ ਸਿਹਤ ਥੋੜ੍ਹੀ ਖਰਾਬ ਹੋਈ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਜਿਹੜਾ ਹੈ ਦਾਖਲ ਕਰਵਾਇਆ ਗਿਆ, ਤਾਂ ਫੋਰਟਿਸ ਹਸਪਤਾਲ 'ਚੋਂ ਹੁਣ ਸੀਐਮ ਸਾਹਿਬ ਦਾ ਕਾਫਲਾ ਨਿਕਲ ਚੁੱਕਿਆ, ਛੁੱਟੀ ਮਿਲ ਚੁੱਕੀ ਹੈ ਉਹਨਾਂ ਨੂੰ। ਸੋ 4 ਦਿਨ ਤੱਕ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲਿਆ। ਸੋ ਮੋਹਾਲੀ ਦੇ ਹਸਪਤਾਲ 'ਚੋਂ ਡਿਸਚਾਰਜ ਹੋਏ ਨੇ ਸੀਐਮ ਸਾਹਿਬ, ਫੋਰਟਿਸ ਹਸਪਤਾਲ 'ਚੋਂ ਸੀਐਮ ਮਾਨ ਦਾ ਕਾਫਲਾ ਹੁਣ ਰਵਾਨਾ ਹੋ ਚੁੱਕੇ, ਨਿਕਲ ਚੁੱਕੇ ਨੇ ਉੱਥੋਂ, ਤਾਂ 4 ਦਿਨ ਤੱਕ ਹਸਪਤਾਲ ਦੇ ਵਿੱਚ ਸੀਐਮ ਸਾਹਿਬ ਜਿਹੜੇ ਇਲਾਜ ਸਨ, ਤਾਂ ਹੁਣ ਉਹਨਾਂ ਨੂੰ ਛੁੱਟੀ ਮਿਲੀ ਹੈ। ਹਾਲਾਂਕਿ ਬੀਤੇ ਦਿਨੇ ਮੈਡੀਕਲ ਬੁਲੇਟਿਨ ਵੀ ਜਾਰੀ ਹੋਇਆ ਸੀ ਅਤੇ ਸੰਦੀਪ ਪਾਠਕ ਵੀ ਉਹਨਾਂ ਦਾ ਹਾਲ ਚਾਲ ਜਾਣਨ ਪਹੁੰਚੇ ਸਨ ਹਸਪਤਾਲ ਵਿਖੇ। ਤਾਂ ਇਸ ਦੇ ਨਾਲ ਹੀ ਮੇਰੇ ਸਹਿਯੋਗੀ ਰੋਹਿਤ ਬੰਸਲ ਲਾਈਵ ਜੁੜੇ ਨੇ। ਰੋਹਿਤ, ਸੀਐਮ ਸਾਹਿਬ ਨੂੰ ਛੁੱਟੀ ਮਿਲ ਚੁੱਕੀ ਹੈ, ਡਿਸਚਾਰਜ ਹੋ ਚੁੱਕੇ ਨੇ, ਕੀ ਕੁਝ ਖਾਸ ਅਪਡੇਟ ਆ ਹੋਰ? ਬਿਲਕੁਲ ਗੁਰਪ੍ਰੀਤ, ਜਿਸ ਤਰੀਕੇ ਦੇ ਨਾਲ ਪਿਛਲੇ 4 ਦਿਨਾਂ ਤੋਂ ਲਗਾਤਾਰ ਜਿਹੜਾ ਇਲਾਜ ਆ ਉਹ ਮੁੱਖ ਮੰਤਰੀ ਪੰਜਾਬ ਦਾ ਚੱਲ ਰਿਹਾ ਸੀਗਾ, ਔਰ ਅੱਜ ਤਕਰੀਬਨ ਕਹਿ ਲਈਏ ਕਿ ਅੱਧਾ ਕੁ ਘੰਟਾ ਪਹਿਲਾਂ ਜਿਹੜੀ ਛੁੱਟੀ ਆ ਉਹ ਮੁੱਖ ਮੰਤਰੀ ਪੰਜਾਬ ਨੂੰ ਮਿਲ ਚੁੱਕੀ ਹੈਗੀ, ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕਾਫਲੇ ਦੀ ਤਸਵੀਰ ਤੁਸੀਂ ਸਾਹਮਣੇ ਦੇਖ ਸਕਦੇ ਹੋ, ਜਿਹੜੀਆਂ ਅਲੱਗ ਅਲੱਗ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਤਾਂ ਉਸ ਦੇ ਅੱਗੇ ਬਿਲਕੁਲ ਜਿਹੜਾ ਕਾਫਲਾ ਹੈਗਾ ਉਹ ਚੱਲ ਰਿਹਾ ਹੈਗਾ, ਔਰ ਮੁੱਖ ਮੰਤਰੀ ਪੰਜਾਬ ਕੁਝ ਹੀ ਦੇਰ ਦੇ ਵਿੱਚ ਜਿਹੜਾ ਆਪਣੇ ਘਰ ਤਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਮਾਧਿਅਮ ਦੇ ਰਾਹੀਂ ਦੇਖ ਪਾ ਰਹੇ ਹੋ ਕਿ ਸੀਐਮ ਸਾਹਿਬ ਦਾ ਜਿਹੜਾ ਕਾਫਲਾ ਹੈ ਉਹ ਵਾਪਸ ਆਪਣੀ ਰਿਹਾਇਸ਼ ਵੱਲ ਵਧਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ, ਡਿਸਚਾਰਜ ਹੋ ਚੁੱਕੇ ਨੇ ਸੀਐਮ ਸਾਹਿਬ। ਸੋ 4 ਦਿਨਾਂ ਤੱਕ ਉਹਨਾਂ ਦਾ ਫੋਰਟਿਸ ਹਸਪਤਾਲ ਇਲਾਜ ਚੱਲਿਆ, ਜਿਹੜੇ ਇਲਾਜ ਸਨ ਉਹ, ਲੇਕਿਨ ਹੁਣ ਉਹਨਾਂ ਨੂੰ ਛੁੱਟੀ ਮਿਲੀ ਹੈ ਅਤੇ ਹੁਣ ਆਪਣੀ ਰਿਹਾਇਸ਼ ਵੱਲ ਵੱਧ ਰਹੇ ਨੇ ਸੀਐਮ ਸਾਹਿਬ। ਤਾਂ ਮੇਰੇ ਸਹਿਯੋਗੀ ਰੋਹਿਤ ਬੰਸਲ ਜੁੜੇ ਹੋਏ ਨੇ। ਰੋਹਿਤ, ਜਾਣਕਾਰੀ ਸਾਂਝੀ ਕਰ ਰਹੇ ਸੀ ਤੁਸੀਂ? ਬਿਲਕੁਲ, ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਹੈਗਾ ਉਹ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਘਰ ਹੈਗਾ ਉੱਥੇ ਪਹੁੰਚੇਗਾ, ਔਰ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਜਦੋਂ ਮੁੱਖ ਮੰਤਰੀ ਪੰਜਾਬ ਆਪਣੇ ਘਰ ਦੇ ਅੰਦਰ ਦਾਖਲ ਹੁੰਦੇ ਨੇ, ਕਿਉਂਕਿ ਕਾਫੀ ਸਮੇਂ ਤੋਂ ਜਦੋਂ ਤਕਰੀਬਨ 3-4 ਬੰਦਾ ਹਸਪਤਾਲ ਦੇ ਵਿੱਚ ਰਵੇ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਹੁੰਦੀਆਂ ਨੇ, ਜਾਂ ਕਹਿ ਲਈਏ ਕਿ ਇੱਕ ਮਾਨਸਿਕ ਤੌਰ ਦੇ ਉੱਪਰ ਵੀ ਤੁਸੀਂ ਕਾਫੀ ਜ਼ਿਆਦਾ ਜਿਹੜਾ ਇੰਪੈਕਟ ਹੈਗਾ ਉਹ ਪੈਂਦਾ ਹੈਗਾ, ਔਰ ਅੱਜ ਜਿਹੜੀ ਕਹਿ ਲਈਏ ਕਿ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਇਹ ਛੁੱਟੀ ਮਿਲੀ ਹਸਪਤਾਲ ਤੋਂ, ਮੁੱਖ ਮੰਤਰੀ ਪੰਜਾਬ ਡਿਸਚਾਰਜ ਹੋਏ ਨੇ, ਤਾਂ ਉਸ ਤੋਂ ਬਾਅਦ ਇੱਕ ਫਰੈਸ਼ ਮੂਡ ਹੈ ਜਿਹੜਾ ਉਹ
ਨਜ਼ਰ ਤੁਹਾਨੂੰ ਆਉਂਦਾ ਹੋਇਆ ਨਜ਼ਰ ਆਏਗਾ। ਔਰ ਹਰਪਾਲ ਚੀਮਾ ਦੇ ਨਾਲ ਜਦੋਂ ਗੱਲਬਾਤ ਅਸੀਂ ਕਰ ਰਹੇ ਸੀ ਤਾਂ ਹਰਪਾਲ ਚੀਮਾ ਦੇ ਵੱਲੋਂ ਜਿਹੜੀ ਇੱਕ ਗੱਲ ਸਾਂਝੀ ਕੀਤੀ ਗਈ ਕਿ ਮੁੱਖ ਮੰਤਰੀ ਪੰਜਾਬ ਬਿਲਕੁਲ ਠੀਕ ਠਾਕ ਨੇ ਔਰ ਛੁੱਟੀ ਮਿਲ ਜਾਏਗੀ, ਔਰ ਠੀਕ ਉਸ ਤੋਂ 10 ਤੋਂ 15 ਮਿੰਟਾਂ ਬਾਅਦ ਜਿਹੜੀ ਛੁੱਟੀ ਆ ਉਹ ਮੁੱਖ ਮੰਤਰੀ ਪੰਜਾਬ ਨੂੰ ਦੇ ਦਿੱਤੀ ਜਾਂਦੀ ਹੈ। ਔਰ ਖਾਸ ਗੱਲ ਗੁਰਪ੍ਰੀਤ ਇਹ ਸੀਗੀ ਕਿ ਮੁੱਖ ਮੰਤਰੀ ਪੰਜਾਬ ਨੂੰ ਦੱਸਿਆ ਗਿਆ ਕਿ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਾਈਲਾਂ ਸੀਗੀਆਂ ਉਹ ਮੁੱਖ ਮੰਤਰੀ ਨੂੰ ਭੇਜੀਆਂ ਗਈਆਂ ਔਰ ਹਸਪਤਾਲ ਦੇ ਵਿੱਚੋਂ ਹੀ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਉਹਨਾਂ ਫਾਈਲਾਂ ਨੂੰ ਓਕੇ ਕਰਕੇ ਭੇਜ ਦਿੱਤਾ ਗਿਆ। ਕਹਿਣ ਦਾ ਭਾਵ ਕਿ ਮੁੱਖ ਮੰਤਰੀ ਨੇ ਜਿਹੜਾ ਕੰਮਕਾਜ ਸੀ ਉਹ ਹਸਪਤਾਲ ਦੇ ਬੈੱਡ ਦੇ ਉੱਪਰ ਵੀ ਜਿਹੜਾ ਬੰਦ ਨਹੀਂ ਕੀਤਾ ਗਾ, ਉਹ ਆਪਣਾ ਕੰਮਕਾਰ ਸੀ ਉਹ ਜਾਰੀ ਰੱਖਿਆ। ਔਰ ਜੇਕਰ ਕੋਈ ਫਾਈਲ ਉਹਨਾਂ ਦੇ ਧਿਆਨ ਦੇ ਵਿੱਚ ਆਉਂਦੀ ਸੀ ਜਿਸ ਦੇ ਉੱਪਰ ਉਹਨਾਂ ਦੇ ਸਾਈਨ ਦੀ ਜ਼ਰੂਰਤ ਹੈ, ਕੋਈ ਕੰਮ ਅਜਿਹਾ ਹੁੰਦਾ ਸੀ ਜਿਸ ਦੇ ਉੱਪਰ ਉਹਨਾਂ ਦੇ ਸਾਈਨ ਕਰੇ ਤੋਂ ਬਿਨਾਂ ਜਿਹੜੀ ਕਹਿ ਲਈਏ ਕਿ ਕੰਮ ਸ਼ੁਰੂ ਨਹੀਂ ਹੋ ਸਕਦਾ, ਤਾਂ ਮੁੱਖ ਮੰਤਰੀ ਪੰਜਾਬ ਨੇ ਸਿਹਤ ਆਪਣੀ ਠੀਕ ਨਾ ਹੁੰਦਿਆਂ ਉਸ ਚੀਜ਼ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ, ਬਲਕਿ ਉਸ ਫਾਈਲਾਂ ਨੂੰ ਵੀ ਅੱਗੇ ਆ ਜਿਹੜਾ ਉਹ ਤੋਰੀ ਰੱਖਿਆ। ਔਰ ਹੁਣ ਜਿਹੜਾ ਕਹਿ ਲਈਏ ਕਿ ਮੁੱਖ ਮੰਤਰੀ ਪੰਜਾਬ ਅੱਜ ਡਿਸਚਾਰਜ ਹੋ ਚੁੱਕੇ ਨੇ, ਤਾਂ ਜੇਕਰ ਕੋਈ ਫਾਈਲ ਹਾਲੇ ਵੀ ਪੈਂਡਿੰਗ ਰਹਿੰਦੀ ਹੈ ਤਾਂ ਉਹਨਾਂ ਫਾਈਲਾਂ ਨੂੰ ਵੀ ਹੁਣ ਅੱਗੇ ਤੋਰ ਦਿੱਤਾ ਜਾਏਗਾ। ਔਰ ਮੁੱਖ ਮੰਤਰੀ ਪੰਜਾਬ ਦੇ ਜਿਹੜੀ ਸਿੱਧੇ ਤੌਰ ਦੇ ਉੱਪਰ ਜਿਹੜੀ ਪੰਜਾਬ ਦੇ ਬਹੁਤ ਸਾਰੇ ਕਿਉਂਕਿ ਕੰਮ ਹੁੰਦੇ ਆ ਜਿਨ੍ਹਾਂ ਦੇ ਉੱਪਰ ਮੁੱਖ ਮੰਤਰੀ ਦੀ ਸਹਿਮਤੀ, ਮੁੱਖ ਮੰਤਰੀ ਦੇ ਸਿਗਨੇਚਰ ਹੋਣੇ ਜ਼ਰੂਰੀ ਹੁੰਦੇ ਹੈਗੇ, ਤਾਂ ਹੁਣ ਉਹ ਜਿਹੜੇ ਕੰਮਕਾਰ ਨੇ ਉਹ ਤੁਹਾਨੂੰ ਲਗਾਤਾਰ ਜਿਹੜੇ ਕਹਿ ਲਈਏ ਕਿ ਕੰਟੀਨਿਊ ਜਿਹੜੇ ਚੱਲਦੇ ਹੋਏ ਨਜ਼ਰ ਆਉਣਗੇ। ਤਾਂ ਇਹ ਜਿਹੜੀ ਤਸਵੀਰ ਹੈਗੀ ਉਹ ਮੁੱਖ ਮੰਤਰੀ ਦੇ ਘਰ ਵੱਲ ਦੀ ਹੈਗੀ। ਅਸੀਂ ਕਾਫਲੇ ਤੋਂ ਥੋੜ੍ਹਾ ਅੱਗੇ ਗੁਰਪ੍ਰੀਤ ਨਿਕਲ ਚੁੱਕੇ ਹਾਂ ਤਾਂ ਕਿ ਜਿਹੜੀ ਫਰੰਟ ਦੀ ਤਸਵੀਰ ਹੈਗੀ ਉਹ ਦਿਖਾਈ ਜਾ ਸਕੇ ਕਿ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਹੈਗਾ ਕੁਝ ਹੀ ਦੇਰ ਦੇ ਵਿੱਚ ਜਿਹੜਾ ਜਾਏਗਾ। ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖੋਗੇ ਕਿ ਮੁੱਖ ਮੰਤਰੀ ਪੰਜਾਬ ਦੀ ਕਿਆ ਤਸਵੀਰ ਹੈ ਜਿਹੜੀ ਲਾਈਵ, ਤਾਂ ਕੁਝ ਹੀ ਦੇਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਆ ਰਹੇ ਨੇਗੇ। ਔਰ ਉਸ ਤੋਂ ਬਾਅਦ ਜਿਹੜੇ ਤੁਸੀਂ ਸਾਹਮਣੇ ਦੇਖੋਗੇ ਤਾਂ ਜਿਹੜੇ ਸੁਰੱਖਿਆ ਦੇ ਅਰੇਂਜਮੈਂਟ ਨੇ ਉਹ ਚਾਕ ਚੌਮਦ ਕਰ ਦਿੱਤੇ ਗਏ ਨੇ, ਬਿਲਕੁਲ ਜਿਹੜੀ ਸੁਰੱਖਿਆ ਹੈਗੀ ਉਹ ਅਲਰਟ ਦੇ ਉੱਪਰ ਕਰ ਦਿੱਤੀ ਗਈ ਹੈਗੀ। ਅਤੇ ਜਿਹੜੀ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੇ ਤੁਸੀਂ ਦੇਖੋਗੇ ਕਿ ਕਿਉਂਕਿ ਸੀਐਮ ਦਾ ਕਾਫਲਾ ਆਉਣਾ ਹੈਗਾ, ਤਾਂ ਅਜਿਹੇ ਦੇ ਵਿੱਚ ਕੋਈ ਦਿੱਕਤ ਨਾ ਹੋਵੇ, ਸਿਕਿਉਰਿਟੀ ਦਾ ਇੱਕ ਰੂਟ ਹੁੰਦਾ ਪ੍ਰੋਪਰਲੀ, ਉਹ ਤਮਾਮ ਚੀਜ਼ਾਂ ਜਿਹੜੀਆਂ ਉਹ ਅਲਰਟ ਦੇ ਉੱਪਰ ਵਧਾ ਦਿੱਤੀਆਂ ਗਈਆਂ ਨੇ। ਔਰ ਇਹ ਜਿਹੜੀ ਤਸਵੀਰ ਹੈਗੀ ਤੁਸੀਂ ਦੇਖ ਰਹੇ ਹੋਗੇ ਕਿ ਮੁੱਖ ਮੰਤਰੀ ਦੇ ਘਰ ਦੇ ਬਾਹਰ ਦੀ ਤਸਵੀਰ, ਤਾਂ ਫੋਰਟਿਸ ਹਸਪਤਾਲ ਦੇ ਗੇਟ ਤੋਂ ਲੈ ਕੇ ਮੁੱਖ ਮੰਤਰੀ ਦੇ ਜਿਹੜੇ ਘਰ ਤੱਕ ਦੀ ਤਸਵੀਰ ਹੈਗੀ ਤੁਹਾਨੂੰ ਉਹ ਲਾਈਵ ਤਸਵੀਰ ਹੈ ਜਿਹੜੀ ਉਹ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਤਸਵੀਰਾਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਨੇ। ਔਰ ਕੁਝ ਹੀ ਦੇਰ ਦੇ ਵਿੱਚ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਕਾਫਲਾ ਹੈਗਾ ਉਹ ਇਸ ਜਗ੍ਹਾ ਤੇ ਪਹੁੰਚੇਗਾ। ਜਿਹੜੀ ਪੰਜਾਬ ਦੇ ਵਿੱਚ ਪੁਸ਼ਟੀ ਹੋਈ ਸੀ ਕਿ ਲੈਪਟੋਸ ਪਾਇਰੋਸਿਸ ਦੀ ਜਿਹੜੀ ਪੁਸ਼ਟੀ ਹੋਈ ਹੈ ਬਿਮਾਰੀ ਦੀ, ਤਾਂ ਇਸ ਮੁਤਲਕ ਡਾਕਟਰਾਂ ਦਾ ਕੀ ਕੁਝ ਕਹਿਣਾ ਹੁਣ ਜਿਹੜੀ ਬਿਮਾਰੀ ਤੋਂ ਪੀੜਤ ਸਿਮ ਸਾਹਿਬ? ਦੇਖੋ ਜਿਸ ਤਰੀਕੇ ਦੇ ਨਾਲ ਬਹੁਤ ਵਾਰ ਹੁੰਦਾ ਕਿ ਇਨਫੈਕਸ਼ਨ ਹੋ ਜਾਂਦੀ ਹੈ, ਪਰ ਉਸ ਇਨਫੈਕਸ਼ਨ ਤੋਂ ਕਹਿ ਲਈਏ ਕਿ ਮੁਕਤੀ ਦੇ ਲਈ ਤੁਹਾਨੂੰ ਇਲਾਜ ਵੀ ਕੰਟੀਨਿਊ ਚੱਲਦਾ ਰਹਿੰਦਾ ਹੈਗਾ। ਇਨਫੈਕਸ਼ਨ ਦਾ ਇੱਕ ਲੈਵਲ ਹੁੰਦਾ ਹੈਗਾ, ਹੁਣ ਜੋ ਇਹ ਲੈਵਲ ਸੀਗਾ ਉਹ ਖਤਰੇ ਤੋਂ ਬਾਹਰ ਹੋਇਆ ਹੋਏਗਾ, ਔਰ ਉਸ ਤੋਂ ਬਾਅਦ ਹੀ ਮੁੱਖ ਮੰਤਰੀ ਪੰਜਾਬ ਨੂੰ ਜਿਹੜੀ ਛੁੱਟੀ ਹੈਗੀ ਉਹ ਦਿੱਤੀ ਗਈ ਹੈਗੀ। ਕਿਉਂਕਿ ਪ੍ਰੋਪਰਲੀ ਜਦੋਂ ਇੱਕ ਸਟੇਟ ਦੇ ਸੀਐਮ ਕਿਸੇ ਹਸਪੀਟਲ ਦੇ ਵਿੱਚ ਦਾਖਲ ਹੋਣ, ਤਾਂ ਉਸ ਤੋਂ ਬਾਅਦ ਕੋਈ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਵਿੱਚ ਇਲਾਜ ਦੀ ਜਿਹੜੀ ਛੁੱਟੀ ਆ ਉਹ ਦੇ ਦਿੱਤੀ ਜਾਵੇ। ਕਿਉਂਕਿ ਮੁੱਖ ਮੰਤਰੀ ਦਾ ਹਰ ਰੋਜ਼ ਹੈਲਥ ਬੁਲੇਟਿਨ ਦਾ ਅਸੀਂ ਜ਼ਿਕਰ ਕਰ ਲਈਏ, ਚਾਹੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹਰ ਰੋਜ਼ ਦਾ ਜਿਹੜਾ ਕਹਿ ਲਈਏ ਕਿ ਚੈੱਕਅਪ ਹੋਵੇ, ਹਰ ਰੋਜ਼ ਦਾ ਜਿਹੜਾ ਅਪਡੇਟ ਹੈਗਾ, ਉਹ ਤਮਾਮ ਚੀਜ਼ਾਂ ਨੇ ਜਿਹੜੀਆਂ ਜਾਰੀ ਕਰਨੀਆਂ ਪੈਂਦੀਆਂ ਨੇ। ਔਰ ਇੱਕ ਹਸਪਤਾਲ ਦੀ ਜ਼ਿੰਮੇਵਾਰੀ ਵੀ ਇਹ ਹੋ ਜਾਂਦੀ ਹੈ, ਔਰ ਇੱਕ ਸਟੇਟ ਦਾ ਸੀਐਮ ਹੋਣ ਦੇ ਨਾਤੇ ਚਾਹੇ ਕੋਈ ਆਮ ਮਰੀਜ਼ ਹੋਵੇ, ਜਿੰਨੀ ਦੇਰ ਤੱਕ ਸੰਤੁਸ਼ਟੀ ਕਹਿ ਲਈਏ ਕਿ ਨਹੀਂ ਹੁੰਦੀ, ਉਨੀ ਦੇਰ ਤੱਕ ਤਾਂ ਹਸਪਤਾਲ ਦੇ ਵਿੱਚੋਂ ਡਿਸਚਾਰਜ ਹੋਏ ਨੇ ਸੀਐਮ ਸਾਹਿਬ। ਮੇਰੇ ਸਹਿਯੋਗੀ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਦੇ ਤਹਿਤ ਤੁਹਾਨੂੰ ਦੱਸ ਦਈਏ ਕਿ ਹਸਪਤਾਲ ਦੇ ਵਿੱਚੋਂ ਡਿਸਚਾਰਜ ਹੋਣ ਤੋਂ ਬਾਅਦ ਕਾਫਲਾ ਜਿਹੜਾ ਹੈ ਕੁਝ ਸੈਕਿੰਡ ਬਾਅਦ ਜਿਹੜਾ ਹੈ ਪਹੁੰਚ ਰਿਹਾ ਉਹਨਾਂ ਦੀ ਰਿਹਾਇਸ਼ ਵੱਲ। ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਸੀਐਮ ਸਾਹਿਬ, ਸੋ ਡਿਸਚਾਰਜ ਹੁੰਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ। ਸ਼ਾਮ 5 ਵਜੇ ਸੀਐਮ ਆਰ ਨੇ ਅਹਿਮ ਮੀਟਿੰਗ ਸੱਦ ਲਈ ਹੈ। ਇਸ ਵਕਤ ਦੀ ਸਭ ਤੋਂ ਐਕਸਕਲੂਸਿਵ ਅਪਡੇਟ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਮਾਧਿਅਮ ਦੇ ਨਾਲ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ 5 ਵਜੇ ਹੀ ਜਿਹੜਾ ਮੁੜ ਤੋਂ ਕੰਮਕਾਜ
ਦੁਬਾਰਾ ਤੋਂ ਸ਼ੁਰੂ ਕਰਨ ਜਾ ਰਹੇ ਨੇ ਕਿਉਂਕਿ ਜਿਵੇਂ ਹੀ ਉਹਨਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲੀ ਤਾਂ 5 ਵਜੇ ਉਹਨਾਂ ਨੇ ਅਹਿਮ ਮੀਟਿੰਗ ਸੱਦ ਲਈ ਹੈ ਕਿਉਂਕਿ ਜਿੱਥੇ ਇੱਕ ਪਾਸੇ ਪੰਚਾਇਤੀ ਇਲੈਕਸ਼ਨਸ ਤਾਂ ਦੂਸਰੇ ਪਾਸੇ ਉਹਨਾਂ ਦਾ ਕੰਮਕਾਜ ਜਿਹੜਾ ਸਰਕਾਰ ਦਾ ਉਹ ਵੀ ਪ੍ਰਭਾਵਿਤ ਨਾ ਹੋਵੇ ਇਸ ਨੂੰ ਲੈ ਕੇ ਕਾਫੀ ਜਿਹੜੇ ਨੇ ਸੁਚੇਤ ਨੇ ਸੀਐਮ ਸਾਹਿਬ ਮੇਰੇ ਸਹਿਯੋਗੀ ਵੀ ਲਗਾਤਾਰ ਬਣੇ ਹੋਏ ਨੇ। ਰੋਹਿਤ 5 ਵਜੇ ਅਹਿਮ ਮੀਟਿੰਗ ਸੱਦੀ ਗਈ ਸੀਐਮ ਸਾਹਿਬ ਦੁਆਰਾ, ਕੀ ਕੁਝ ਖਾਸ ਅਪਡੇਟ ਹੈ? ਗੁਰਪ੍ਰੀਤ, ਇਸ ਵਕਤ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਕਾਫਲਾ ਹੈਗਾ ਉਹ ਉਹਨਾਂ ਦੀ ਸਰਕਾਰੀ ਕੋਠੀ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਔਰ ਜਿੱਦਾਂ ਹੀ ਉਹ ਕੋਠੀ ਦੇ ਵਿੱਚ ਪਹੁੰਚੇ ਨੇ ਤਾਂ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਤੁਰੰਤ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹ ਕੰਮ 'ਤੇ ਪਰਤ ਆਏ ਨੇਗੇ। ਤਕਰੀਬਨ ਕਹਿ ਲਈਏ ਤਾਂ 2:30 ਵਜੇ ਜਿਹੜੀ ਮੁੱਖ ਮੰਤਰੀ ਪੰਜਾਬ ਨੂੰ ਛੁੱਟੀ ਹੈ ਜਿਹੜੀ ਉਹ ਫੋਰਟਿਸ ਹਸਪਤਾਲ ਤੋਂ ਮਿਲਦੀ ਹੈ ਔਰ 5 ਵਜੇ ਮੁੱਖ ਮੰਤਰੀ ਪੰਜਾਬ ਇੱਕ ਵਾਰ ਫਿਰ ਆਪਣੇ ਜਿਸ ਤਰੀਕੇ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਪੁਰਾਣੇ ਰੰਗ ਦੇ ਵਿੱਚ ਆਏ ਨੇ, ਠੀਕ 3 ਵਜੇ ਉਹ ਲਗਭਗ ਕੋਠੀ ਦੇ ਵਿੱਚ ਐਂਟਰ ਹੁੰਦੇ ਨੇ ਔਰ 5 ਵਜੇ ਜਿਹੜੀ ਪਹਿਲੀ ਮੀਟਿੰਗ ਹੈ ਪ੍ਰੋਕਿਉਰਮੈਂਟ ਨੂੰ ਲੈ ਕੇ, ਕਿਉਂਕਿ ਕਿਸਾਨਾਂ ਦਾ ਮੁੱਦਾ ਸਭ ਤੋਂ ਅਹਿਮ ਮੁੱਦਾ ਹੈਗਾ ਔਰ ਕਿਸਾਨਾਂ ਦੇ ਮੁੱਦੇ ਦੇ ਉੱਪਰ ਜਿਹੜੀ ਮੀਟਿੰਗ ਹੈ ਉਹ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਬੁਲਾ ਲਈ ਗਈ ਹੈ। ਪ੍ਰੋਕਿਉਰਮੈਂਟ ਦੇ ਮੁੱਦੇ ਦੇ ਉੱਪਰ ਰਿਵਿਊ ਮੀਟਿੰਗ ਹੈ ਜਿਹੜੀ ਉਹ ਕੀਤੀ ਜਾਏਗੀ, ਕਿਸਾਨਾਂ ਦੇ ਮਾਮਲੇ ਹੁਣ ਮੰਡੀਆਂ ਦੇ ਵਿੱਚ ਕਿਸ ਤਰੀਕੇ ਦੀ ਵਿਵਸਥਾ ਹੈਗੀ ਇਸ ਚੀਜ਼ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਉਹ ਮੀਟਿੰਗ ਕਰਨ ਜਾ ਰਹੇ ਨੇ। ਤਾਂ 5 ਵਜੇ ਜਿਹੜੀ ਮੁੱਖ ਮੰਤਰੀ ਦੀ ਇਹ ਮੀਟਿੰਗ ਹੈ, ਮੁੱਖ ਮੰਤਰੀ ਦੇ ਜਿਹੜੀ ਸਰਕਾਰੀ ਰਿਹਾਇਸ਼ ਤੁਸੀਂ ਸਾਹਮਣੇ ਦੇਖ ਸਕਦੇ ਹੋਗੇ, ਇਸ ਸਰਕਾਰੀ ਰਿਹਾਇਸ਼ ਦੇ ਵਿੱਚ ਠੀਕ 5 ਵਜੇ ਜਿਹੜੀ ਮੀਟਿੰਗ ਹੈਗੀ ਉਹ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਝੋਨੇ ਦੀ ਪ੍ਰੋਕਿਉਰਮੈਂਟ ਦਾ ਖਾਸ ਤੌਰ ਦੇ ਉੱਪਰ ਜਿਹੜਾ ਮਾਮਲਾ ਹੈਗਾ ਉਸ ਚੀਜ਼ ਨੂੰ ਲੈ ਕੇ ਜਿਹੜੀ ਗੱਲਬਾਤ ਹੈਗੀ ਉਹ ਕੀਤੀ ਜਾਏਗੀ, ਕਿਸ ਤਰੀਕੇ ਦੇ ਇੰਤਜ਼ਾਮ ਨੇ, ਕੀ ਕਮੀਆਂ ਨੇ, ਕੀ ਕਮੀਆਂ ਨੂੰ ਦੂਰ ਕਰਨਾ, ਕਿਸ ਤਰੀਕੇ ਦੇ ਨਾਲ ਦੂਰ ਕਰਨਾ, ਇਹ ਤਮਾਮ ਉਹ ਚੀਜ਼ਾਂ ਹੋਣਗੀਆਂ ਜਿਹੜੀਆਂ ਅੱਜ ਦੀ ਇਸ 5 ਵਜੇ ਦੀ ਮੀਟਿੰਗ ਦੇ ਵਿੱਚ ਹੋਣਗੀਆਂ। ਔਰ ਬੇਸ਼ੱਕ ਦਿਨ ਵੀ ਐਤਵਾਰ ਦਾ ਹੋਵੇ ਔਰ ਬੰਦਾ ਹਸਪਤਾਲ ਤੋਂ ਕਹਿ ਲਈਏ ਕਿ ਛੁੱਟੀ ਲੈ ਕੇ ਆਇਆ ਹੋਵੇ, ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਹਾਲਾਤ ਨੇ, ਜਿਸ ਤਰੀਕੇ ਦੇ ਕਹਿ ਲਈਏ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਐਕਸ਼ਨ ਲਿਆ ਗਿਆ ਹੈਗਾ, ਤਾਂ ਉਸ ਤੋਂ ਸਾਫ਼ ਤਰੀਕੇ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੁੱਖ ਮੰਤਰੀ ਬਾਹਰ ਆਉਂਦੇ ਹੋਈ ਨਾਲ ਦੀ ਨਾਲ ਜਿਹੜਾ ਤਮਾਮ ਤਰੀਕੇ ਦੇ ਨਾਲ ਜਿਹੜੇ ਕਹਿ ਲਈਏ ਕਿ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਗਏ ਨੇ ਔਰ ਕੁਝ ਹੀ ਸਮੇਂ ਦਾ ਇੰਤਜ਼ਾਰ ਹੋਏਗਾ, ਠੀਕ 2 ਘੰਟਿਆਂ ਦਾ ਸਮਾਂ ਹੈਗਾ। 2 ਘੰਟਿਆਂ ਬਾਅਦ ਮੁੱਖ ਮੰਤਰੀ ਪੰਜਾਬ ਤੁਹਾਨੂੰ ਇੱਕ ਵਾਰ ਫਿਰ ਤੋਂ ਕੰਮ 'ਤੇ ਪਰਤਦੇ ਹੋਏ ਉਹਨਾਂ ਦੇ ਟਵਿੱਟਰ ਦੇ ਜ਼ਰੀਏ, ਉਹਨਾਂ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀਆਂ ਉਹਨਾਂ ਦੀ ਪੁਰਾਣੀ ਰੰਗਤ ਅਸੀਂ ਕਹਿ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਉਹ ਆਪਣੀ ਬਸੰਤੀ ਪੱਗ ਔਰ ਚਿੱਟਾ ਕੁੜਤਾ ਪਜਾਮਾ ਪਹਿਨਦੇ ਨੇ, ਤਾਂ ਉਹੀ ਜਿਹੜੀ ਪੁਰਾਣੀ ਡਰੈਸ ਹੈਗੀ ਉਹ ਮੁੱਖ ਮੰਤਰੀ ਸਾਹਿਬ ਦੇ ਨਜ਼ਰ ਆਏਗੀ। ਬੇਸ਼ੱਕ ਹਸਪਤਾਲ ਦੇ ਵਿੱਚ ਦਾਖਲ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਉਸ ਮਤਲਬ ਕੋਈ ਹੈ ਅਪਡੇਟ ਕਿ ਆਖਿਰ ਜਿਹੜੀ ਬਿਮਾਰੀ ਤੋਂ ਪੀੜਿਤ ਸਨ ਸੀਐਮ ਸਾਹਿਬ ਪੁਸ਼ਟੀ ਹੋਈ ਸੀ ਬੀਤੇ ਦਿਨੀ ਮੈਡੀਕਲ ਬੁਲੇਟਿਨ ਜਾਰੀ ਹੋਇਆ ਸੀ, ਤਾਂ ਹੁਣ ਦੁਬਾਰਾ ਤੋਂ ਜਿਹੜਾ ਇਹ ਚੈੱਕਅਪ ਦੇ ਲਈ ਮੁੜ ਤੋਂ ਜਿਹੜਾ ਡਾਕਟਰ ਦੀ ਟੀਮ ਕਦੋਂ ਆਏਗੀ ਜਾਂ ਫਿਰ ਸੀਐਮ ਸਾਹਿਬ ਨੂੰ ਚੈੱਕਅਪ ਦੇ ਲਈ ਜਾਣਾ ਪਏਗਾ? ਛੁੱਟੀ ਹੈਗੀ ਉਹ ਹਸਪਤਾਲ ਦੇ ਵੱਲੋਂ ਦਿੱਤੀ ਗਈ ਹੈ, ਜੇ ਇਹਦੇ ਵਿੱਚ ਹਾਲੇ ਤੱਕ ਕੋਈ ਮੀਡੀਆ ਬੁਲੇਟਿਨ ਹੈ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ, ਪਰ ਆਮ ਤੌਰ 'ਤੇ ਸਲਾਹ ਅਜਿਹੀ ਹੀ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਹਸਪਤਾਲ ਤੋਂ ਬਾਹਰ ਆਉਂਦੇ ਹੋ ਰੈਸਟ ਜ਼ਰੂਰ ਕੀਤੀ ਜਾਵੇ, ਪਰ ਸ਼ਾਇਦ ਮੁੱਖ ਮੰਤਰੀ ਪੰਜਾਬ ਇਹ ਸਲਾਹ ਡਾਕਟਰਾਂ ਦੀ ਮੰਨਦੇ ਹੋਏ ਨਜ਼ਰ ਨਹੀਂ ਆ ਰਹੇ, ਜਿਸ ਤਰੀਕੇ ਦੇ ਨਾਲ 5 ਵਜੇ ਫਿਰ ਤੋਂ ਕਹਿ ਲਈਏ ਕਿ 3 ਵਜੇ ਬੰਦਾ ਘਰ ਆਉਂਦਾ, 4 ਦਿਨਾਂ ਦੇ ਹਸਪਤਾਲ ਤੋਂ ਬਾਅਦ ਆਉਂਦਾ ਔਰ ਠੀਕ 2 ਘੰਟਿਆਂ ਬਾਅਦ ਤੁਸੀਂ ਮੀਟਿੰਗ ਕਾਲ ਕਰ ਲੈਂਦੇ ਹੋ ਔਰ 3 ਵਜੇ ਮੇਰੇ ਖਿਆਲ ਨਾਲ ਜਦੋਂ ਮੁੱਖ ਮੰਤਰੀ ਪੰਜਾਬ ਹਸਪਤਾਲ ਤੋਂ ਬਾਹਰ ਆਏ ਨੇ ਸਭ ਤੋਂ ਪਹਿਲਾਂ ਡਿਸੀਜਨ ਇਹੀ ਲਿਆ ਗਿਆ ਕਿ ਮੀਟਿੰਗ ਕਾਲ ਕਰ ਲਈ ਜਾਵੇ, 5 ਵਜੇ ਮੈਂ ਮੀਟਿੰਗ ਲੈ ਰਿਹਾ ਹਾਂ, ਰਿਵਿਊ ਮੀਟਿੰਗ ਕਿਹਨਾਂ ਲਈ ਹੋਏਗੀ? ਕਿਸਾਨਾਂ ਲਈ, ਤਾਂ ਕਿ ਮੰਡੀਆਂ ਦੇ ਵਿੱਚ ਬੈਠੇ ਕਿਸਾਨ ਤੰਗ ਨਾ ਹੋਣ, ਕਿਸਾਨ ਦੀ ਫਸਲ ਮੰਡੀਆਂ ਦੇ ਵਿੱਚ ਆਵੇ ਅਤੇ ਮੰਡੀਆਂ ਦੇ ਵਿੱਚ ਛੇਤੀ ਤੋਂ ਛੇਤੀ ਉਸਦੀ ਬੋਲੀ ਲੱਗੇ, ਤੋਲ ਲੱਗੇ ਔਰ ਜਿਹੜੇ ਝੋਨੇ ਦੀ ਫਸਲ ਹੈ ਉਸਦੀ ਪੈਕਿੰਗ ਹੋ ਕੇ ਮੰਡੀਆਂ ਤੋਂ ਬਾਹਰ ਚਲੀ ਜਾਵੇ ਔਰ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਚਲੇ ਜਾਣ, ਤਾਂ ਇਹ ਜਿਹੜਾ ਇੱਕ ਜਜ਼ਬਾ ਇਸ ਨੂੰ ਕਹਿ ਸਕਦੇ ਹਾਂ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਹੌਸਲਾ ਕਹਿ ਸਕਦੇ ਹਾਂ ਇਸ ਚੀਜ਼ ਨੂੰ, ਕਿਉਂਕਿ ਆਮ ਤੌਰ 'ਤੇ ਕੀ ਹੁੰਦਾ ਕਿ ਤੁਹਾਨੂੰ ਹਸਪਤਾਲ 'ਚ ਛੁੱਟੀ ਮਿਲਦੀ ਹੈ, ਤੁਸੀਂ ਕਹਿੰਦੇ ਕਿ ਚਲੋ ਘੱਟੋ ਘੱਟ ਅੱਜ ਦਾ ਦਿਨ ਰੈਸਟ ਕਰਦੇ ਹਾਂ, ਸੰਡੇ ਦਾ ਦਿਨ ਹੈ, ਐਤਵਾਰ ਦਾ ਦਿਨ ਹੈ, ਸੋਮਵਾਰ ਤੋਂ ਕੰਮ ਸ਼ੁਰੂ ਕਰ ਲਾਂਗੇ, ਪਰ ਨਹੀਂ, ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਸ ਤਰੀਕੇ ਦਾ ਇਹ ਐਲਾਨ ਕੀਤਾ ਗਿਆ ਕਿ ਅੱਜ ਹੀ ਹਸਪਤਾਲ ਤੋਂ ਛੁੱਟੀ
ਔਰ ਨਾਲ ਦੀ ਨਾਲ ਜਿਹੜਾ ਸਰਕਾਰੀ ਕੰਮਕਾਜ ਹੈਗਾ ਉਸ ਦੇ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ, ਉਸ ਦੇ ਵਿੱਚ ਕਿਸੇ ਤਰੀਕੇ ਦੀ ਰੋਕ ਟੋਕ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਗੀ। 3 ਵਜੇ ਮੁੱਖ ਮੰਤਰੀ ਪੰਜਾਬ ਆਪਣੀ ਸਰਕਾਰੀ ਕੋਠੀ ਪਹੁੰਚਦੇ ਨੇ ਔਰ ਠੀਕ 5 ਵਜੇ ਜਿਹੜੀ ਮੀਟਿੰਗ ਆ ਉਹ ਕਾਲ ਕਰ ਲਈ ਜਾਂਦੀ ਹੈਗੀ। ਇਸ ਵਕਤ 3:15 ਦਾ ਸਮਾਂ ਜਿਹੜਾ ਉਹ ਘੜੀ 'ਤੇ ਹੋਇਆਗਾ ਔਰ ਠੀਕ ਕਹਿ ਲਈਏ ਕਿ 2.5 ਘੰਟਿਆਂ ਬਾਅਦ ਤੁਸੀਂ ਇਸ ਜਗ੍ਹਾ ਦੇ ਉੱਪਰ ਇੱਕ ਮੀਟਿੰਗ ਹੁੰਦੀ ਦੇਖੋਗੇ ਜਿਸ ਦੇ ਵਿੱਚ ਤਮਾਮ ਆਫਿਸਰ ਹੋਣ, ਤਮਾਮ ਜਿਹੜੇ ਉਸ ਦੇ ਸੰਬੰਧਿਤ ਜਿਹੜੇ ਮੰਤਰੀ ਨੇਗੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈਗਾ। ਹਾਲਾਂਕਿ ਇੱਕ ਮੀਟਿੰਗ ਹੈ ਜਿਹੜੀ ਉਹ ਆੜ੍ਹਤੀਆਂ ਦੇ ਨਾਲ ਵੀ ਅਜੇ ਚੱਲ ਰਹੀ ਸੀਗੀ ਔਰ ਉਸ ਮੀਟਿੰਗ ਤੋਂ ਬਾਅਦ ਜਿਹੜੀ ਅਗਲੀ ਮੀਟਿੰਗ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਠੀਕ 5 ਵਜੇ ਦੀ ਮੀਟਿੰਗ ਹੈ ਜਿਹੜੀ ਉਹ ਪ੍ਰੋਕਿਓਰਮੈਂਟ ਨੂੰ ਲੈ ਕੇ ਕਾਲ ਕਰ ਲਈ ਗਈ ਹੈ ਤਾਂ ਕਿ ਕਿਸਾਨਾਂ ਨੂੰ ਦਿੱਕਤ ਨਾ ਆਵੇ, ਮੰਡੀਆਂ ਦੇ ਵਿੱਚ ਦਿੱਕਤ ਨਾ ਆਵੇ, ਆੜ੍ਹਤੀਆਂ ਨੂੰ ਦਿੱਕਤ ਨਾ ਆਵੇ ਔਰ ਲੋਕ ਜਿਹੜੀ ਆਪਣੀ ਫਸਲ ਹੈ ਉਸ ਨੂੰ ਚਾਈ ਚਾਈ ਵੇਚ ਕੇ ਜਿਹੜਾ ਇਸ ਜਗ੍ਹਾ ਤੋਂ ਅੱਗੇ ਜਾ ਸਕਣ ਜੀ। ਤਾਂ ਬਿਲਕੁਲ ਬਿਲਕੁਲ ਰੋਹਿਤ, ਕਿਉਂਕਿ ਜਿੱਥੇ ਸਥਾਨਕ ਸਮੇਂ ਦੇ ਦੌਰਾਨ ਜਿੱਥੇ ਪੰਚਾਇਤੀ ਇਲੈਕਸ਼ਨਸ ਵੀ ਨੇ ਜਾਂ ਫਿਰ ਕਹਿ ਲਈਏ ਕਿ ਹੋਰ ਵੀ ਕਾਫੀ ਥਾਵਾਂ 'ਤੇ ਜਿੱਥੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ, ਹਾਲਾਂਕਿ ਮੀਟਿੰਗ ਕਾਫੀ ਆਪਣੇ ਆਪ ਦੇ ਵਿੱਚ ਅਹਿਮ ਮਾਇਨੇ ਰੱਖਦੀ ਹੈ, ਲੇਕਿਨ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਤਾਂ ਸੀਐਮ ਸਾਹਿਬ ਵੀ ਤਤਪਰ ਨਜ਼ਰ ਆ ਰਹੇ ਨੇ। ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਰੈਸਟ ਬਿਲਕੁਲ ਵੀ ਨਹੀਂ ਕਰ ਰਹੇ ਸੀਐਮ ਸਾਹਿਬ, ਤੁਰੰਤ ਪ੍ਰਭਾਵ ਦੇ ਨਾਲ ਮੁੜ ਤੋਂ ਕੰਮਕਾਰ 'ਤੇ ਜਿਹੜੇ ਵਾਪਸ ਪਰਤ ਆਏ ਨੇ, ਜਿੱਦਾਂ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਤਾਂ ਮੀਟਿੰਗ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਸ਼ੇ ਅਹਿਮ ਰਹਿਣ ਵਾਲੇ ਨੇ ਅੱਜ ਦੀ ਇਸ ਮੀਟਿੰਗ ਦੇ ਵਿੱਚ? ਦੇਖੋ ਗੁਰਪ੍ਰੀਤ, ਮੁੱਖ ਤੌਰ 'ਤੇ ਕੇਵਲ ਇੱਕ ਹੀ ਟੌਪਿਕ ਦੇ ਉੱਪਰ ਇਹ ਮੀਟਿੰਗ ਕੀਤੀ ਗਈ ਹੈ, ਪ੍ਰੋਕਿਓਰਮੈਂਟ ਨੂੰ ਲੈ ਕੇ ਮੀਟਿੰਗ ਹੈ। ਮੁੱਖ ਤੌਰ 'ਤੇ ਕਹੀਏ ਪ੍ਰੋਕਿਓਰਮੈਂਟ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ ਨੇ, ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਅਜਿਹੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਝੋਨਾ ਵੱਢਣਗੇ, ਆਪਣੀਆਂ ਮੰਡੀਆਂ ਤੱਕ ਲੈ ਕੇ ਆਉਣਗੇ, ਉਸ ਝੋਨੇ ਦੀ ਬੋਲੀ ਲੱਗੇਗੀ, ਉਸ ਝੋਨੇ ਨੂੰ ਪੈਕ ਕੀਤਾ ਜਾਏਗਾ, ਉਸ ਝੋਨੇ ਦੀ ਲਿਫਟਿੰਗ ਕਰਕੇ ਉਹਨਾਂ ਨੂੰ ਸ਼ੈਲਰਾਂ ਤੱਕ ਪਹੁੰਚਾਇਆ ਜਾਏਗਾ, ਮੰਡੀਆਂ ਦੇ ਵਿੱਚ ਜਗ੍ਹਾ ਖਾਲੀ ਹੋਏਗੀ ਤਾਂ ਹੀ ਨਵਾਂ ਝੋਨਾ ਆਏਗਾ। ਔਰ ਦੂਸਰੀ ਗੱਲ ਕਿ ਜਿਹੜੀ ਕਿਸਾਨਾਂ ਦੀ ਫਸਲ ਵਿਕ ਚੁੱਕੀ ਆ ਉਸ ਦੀ ਪੇਮੈਂਟ ਨਾਲ ਦੀ ਨਾਲ ਜਾਰੀ ਕਰ ਦਿੱਤੀ ਜਾਵੇ, ਤਾਂ ਇਹ ਉਹ ਪੂਰਾ ਪ੍ਰੋਸੈਸ ਹੈ ਜਿਸ ਨੂੰ ਝੋਨੇ ਦੀ ਪ੍ਰੋਕਿਓਰਮੈਂਟ ਦਾ ਅਸੀਂ ਕੰਮ ਕਹਿ ਦਿੰਦੇ ਹਾਂਗੇ, ਝੋਨੇ ਦੀ ਖਰੀਦਾ ਜਿਹੜਾ ਕਹਿ ਲਈਏ ਕਿ ਕੰਮ ਹੈ ਜਿਹੜਾ ਉਹ ਕਹਿ ਦਿੰਦੇ ਹਾਂਗੇ। ਤਾਂ ਇਸ ਦੇ ਵਿੱਚ ਜਿਹੜੀ ਕੋਈ ਦਿੱਕਤ ਕਿਸੇ ਨੂੰ ਨਾ ਆਵੇ ਕਿਸਾਨ ਨੂੰ ਮੰਡੀਆਂ ਦੇ ਵਿੱਚ ਆਉਣ ਤੱਕ, ਮੰਡੀਆਂ ਦੇ ਵਿੱਚ ਫਸਲ ਵੇਚਣ ਨੂੰ ਲੈ ਕੇ, ਮੰਡੀਆਂ ਦੇ ਵਿੱਚ ਫਸਲ ਵੇਚਣ ਤੋਂ ਬਾਅਦ ਉਸ ਦੀ ਪੇਮੈਂਟ ਨੂੰ ਲੈ ਕੇ, ਆੜ੍ਹਤੀਆਂ ਨੂੰ ਬਾਰਦਾਨੇ ਨੂੰ ਲੈ ਕੇ, ਉਸ ਦੀ ਬੋਲੀ ਨੂੰ ਲੈ ਕੇ, ਜਗ੍ਹਾ ਨੂੰ ਲੈ ਕੇ ਔਰ ਜਿਹੜੀਆਂ ਬੋਰੀਆਂ ਨੇ ਉਸ ਨੂੰ ਉਸ ਜਗ੍ਹਾ ਤੋਂ ਚੁਕਵਾਉਣ ਨੂੰ ਲੈ ਕੇ, ਤਾਂ ਇਹ ਦੋਨੇ ਕਹਿ ਲਈਏ ਕਿ ਇੱਕ ਜਿਹੜੀਆਂ ਧਿਰਾਂ ਨੇ ਉਹ ਮਿਲ ਕੇ ਕੰਮ ਕਰਦੀਆਂ ਨੇ, ਕਿਸਾਨ ਔਰ ਆੜ੍ਹਤੀਆਂ ਦੋਨੋਂ ਮਿਲ ਕੇ ਕੰਮ ਕਰਦੇ ਨੇਗੇ, ਤਾਂ ਇਹ ਕੰਮਕਾਰ ਸਮੂਥਲੀ ਚੱਲੇ, ਕੋਈ ਦਿੱਕਤ ਪਰੇਸ਼ਾਨੀ ਤੋਂ ਬਿਨਾਂ ਚੱਲੇ, ਇਸ ਚੀਜ਼ ਦੇ ਲਈ ਜਿਹੜੀ ਮੀਟਿੰਗ ਹੈਗੀ ਉਹ 5 ਵਜੇ ਕਾਲ ਕਰ ਲਈ ਗਈ ਹੈ, ਜਿਸ ਦੇ ਵਿੱਚ ਪੰਜਾਬ ਦੇ ਅਧਿਕਾਰੀ ਹੋਣ, ਇਸ ਡਿਪਾਰਟਮੈਂਟ ਦੇ ਮੰਤਰੀ ਹੈ ਜਿਹੜੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਤਾਂ ਇੱਕ ਰਿਵਿਊ ਕੀਤਾ ਜਾਏਗਾ ਕਿ ਹੁਣ ਤੱਕ ਕੀ ਤਿਆਰੀਆਂ ਨੇ ਜਿਹੜੀਆਂ ਤੁਸੀਂ ਉਹ ਕੀਤੀਆਂ ਜਾ ਚੁੱਕੀਆਂ ਨੇ ਔਰ ਅੱਗੇ ਦੀਆਂ ਕੀ ਤਿਆਰੀਆਂ ਨੇ ਜਿਹੜੀਆਂ ਅਸੀਂ ਇਸ ਚੀਜ਼ ਦੇ ਲਈ ਕਰਨੀਆਂ ਨੇ। ਜੇਕਰ ਕੋਈ ਕਮੀਆਂ ਨੇ ਤਾਂ ਉਸ ਨੂੰ ਦੂਰ ਕੀਤਾ ਜਾਵੇ, ਜੇਕਰ ਵਧੀਆ ਚੱਲ ਰਿਹਾ ਸਿਸਟਮ ਤਾਂ ਉਸ ਨੂੰ ਹੋਰ ਵਧੀਆ ਕਿੱਦਾਂ ਕੀਤਾ ਜਾ ਸਕਦਾ ਉਸ ਚੀਜ਼ ਨੂੰ ਲੈ ਕੇ ਕੰਮ ਕੀਤਾ ਜਾਵੇ। ਅਤੇ ਠੀਕ 5 ਵਜੇ ਜਿਹੜੀ ਮੀਟਿੰਗ ਹੈਗੀ ਉਹ ਮੁੱਖ ਮੰਤਰੀ ਪੰਜਾਬ ਦੀ ਹੋਣ ਵਾਲੀ ਹੈ ਔਰ ਮੁੱਖ ਮੰਤਰੀ ਪੰਜਾਬ ਇੱਕ ਵਾਰ ਫਿਰ ਤੋਂ ਜਿਹੜਾ ਕਹਿ ਲਈਏ ਕਿ ਪੁਰਾਣੇ ਰੰਗ ਦੇ ਵਿੱਚ, ਪੁਰਾਣੇ ਢੰਗ ਦੇ ਵਿੱਚ ਔਰ ਪੁਰਾਣੇ ਕੰਮ ਦੇ ਉੱਪਰ ਜਿਹੜੇ ਪਰਤਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਜੀ। ਠੀਕ ਠੀਕ ਹੈ ਠੀਕ ਹੈ ਰੋਹਿਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਦੱਸ ਦਈਏ ਕਿ ਸੀਐਮ ਸਾਹਿਬ ਜਿੱਦਾਂ ਹੀ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਦੀ ਹੈ, ਡਿਸਚਾਰਜ ਹੁੰਦੇ ਨੇ, ਤੁਰੰਤ ਪ੍ਰਭਾਵ ਦੇ ਨਾਲ ਉਹਨਾਂ ਨੇ ਅਹਿਮ ਮੀਟਿੰਗ ਸੱਦ ਲਈ ਹੈ।